ਸ਼ਿਵਸੈਨਾ ਆਗੂ ਸੰਦੀਪ ਗੁਰਾ ਥਾਪਰ ਤੇ ਹੋਏ ਹਮਲੇ ਮਾਮਲੇ ਤੋਂ ਬਾਅਦ ਜਿੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਖਿਲਾਫ ਸਖ਼ਤ ਕਾਰਵਾਈ ਦੀ ਗੱਲ ਕਹੀ ਸੀ ਤਾਂ ਇਸੇ ਮਾਮਲੇ ਨੂੰ ਲੈ ਕੇ ਜਿੱਥੇ ਬੀਤੇ ਕੱਲ੍ਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਿਵਸੈਨਾ ਲੀਡਰਾਂ ਖਿਲਾਫ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਮੁੜ ਤੋਂ ਸ਼ਿਵਸੈਨਾ ਦੇ ਆਗੂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਸ਼ਿਵਸੈਨਾ ਦੇ ਆਗੂ ਰਾਜੀਵ ਟੰਡਨ ਨੇ ਜ਼ਿਕਰ ਕੀਤਾ ਕਿ ਸੰਦੀਪ ਗੋਰਾ ਥਾਪਰ ਮਾਮਲੇ 'ਚ ਕੁਝ ਸ਼ਰਾਰਤੀ ਨਿਹੰਗ ਸਿੰਘਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਅਤੇ ਇਸ ਨੂੰ ਠੋਕ ਦਿੱਤਾ, ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਹੁੰਦਾ ਹੈ ਤੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਜਾਵੇ, ਨਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕੀਤਾ ਜਾਵੇ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸੰਦੀਪ ਥਾਪਰ ਦੇ ਹਮਲੇ ਤੋਂ ਬਾਅਦ ਜਿਹੜੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਸੀਗੀਆਂ ਜਿਹੜੀਆਂ ਹਿੰਦੂ ਸਿੱਖ ਭਾਈਚਾਰੇ 'ਚ ਵਿਗਾੜ ਪਾ ਰਹੀਆਂ ਸੀਗੀਆਂ ਜਾਂ ਢੋਚਬਾਜ਼ੀ ਵਾਲੀ ਵੀਡੀਓ ਸੀਗੀਆਂ ਵੀ ਦੇਖਿਆ ਢਾਤਾ, ਦੇਖਿਆ ਠੋਕਤਾ, ਕਿਸ ਕੋਈ ਜ਼ਿੰਮੇਦਾਰੀ ਲੈ ਰਿਹਾ, ਕੋਈ ਜਾਗੋ ਕੱਢ ਰਿਹਾ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਅੱਜ ਅਸੀਂ ਆਪਣਾ ਇੱਕ ਗਿਆਪਨ CP ਸਾਹਿਬ ਨੂੰ ਦੇਣ ਆਏ ਹਾਂ ਤਾਂ ਕਿ ਇਹਨਾਂ ਦੇ ਉੱਤੇ ਠੋਸ ਕਾਰਵਾਈ ਕੀਤੀ ਜਾ ਸਕੇ। ਪਰ ਸ਼ਿਵਸੈਨਾ ਵੱਲੋਂ ਵੀ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਰਹੇ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਹੈ। ਬਿਲਕੁਲ ਨਹੀਂ, ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ਼ ਨਹੀਂ ਬੋਲਦੇ, ਹਰ ਧਰਮ ਦਾ ਸਨਮਾਨ ਕਰਦੇ ਹਾਂ। ਨਾਲੇ ਤਾਂ ਬਿਲਕੁਲ ਕਲੀਅਰ ਕਹਿੰਦੇ ਹਾਂ ਅਸੀਂ ਕਿੱਦਾਂ ਬੋਲ ਸਕਦੇ ਹਾਂ, ਜਦਕਿ ਗੁਰੂ ਸਾਡੇ ਅਸੀਂ ਗੁਰੂਆਂ ਦੇ, ਗੁਰੂ ਸਾਡੇ ਅਸੀਂ ਗੁਰੂਆਂ ਦੇ। ਜਿਹੜਾ ਹਿੰਦੂ ਸਮਾਜ ਤਾਂ ਗੁਰੂ ਘਰਾਂ ਦੀ ਸੇਵਾ ਕਰਦਾ, ਜਿਹੜਾ ਸਿੱਖ ਸਮਾਜ ਉਹ ਮੰਦਰਾਂ ਦੀ ਸੇਵਾ ਕਰਦਾ, ਅਸੀਂ ਤਾਂ ਵੱਖ ਹੋ ਨਹੀਂ ਸਕਦੇ। ਜਿਹੜੇ ਲੋਕ ਵੀ ਗੱਲ ਕਰਦੇ ਨੇ, ਜਿਹੜੇ ਲੋਕ ਵੀ ਗਲਤ ਗੱਲ ਕਰਦੇ ਨੇ, ਜਿਹੜੇ ਲੋਕ ਵੀ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ, ਅਸੀਂ ਉਹਨਾਂ ਦੇ ਖਿਲਾਫ਼ ਐਪਲੀਕੇਸ਼ਨ ਦੇ ਕੇ ਆਏ ਵੀ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ। ਟੰਡਨ ਸਾਹਿਬ, ਰੌਲਾ ਕਿਸ ਚੀਜ਼ ਦਾ ਹੈ? ਤੁਸੀਂ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ, ਦੂਜੇ ਪਾਸੇ ਲੋਕ ਕਹਿੰਦੇ ਵੀ ਸਾਨੂੰ ਕੋਈ ਦਿੱਕਤ, ਰੌਲਾ ਕੀ ਹੈ? ਦੇਖੋ, ਜਦੋਂ ਸੰਦੀਪ ਥਾਪਰ 'ਤੇ ਹਮਲਾ ਕੀਤਾ ਗਿਆ, ਟਾਰਗੇਟ ਕਰਕੇ ਹਮਲਾ ਕੀਤਾ ਗਿਆ, ਉੱਥੇ ਕਾਰਵਾਈ ਹੋਗੀ, ਬਸ ਠੀਕ ਹੋਗੀ ਨਾ। ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਪਾਈਆਂ ਵੀ ਦੇਖਿਆ ਜੀਵ ਦੀ ਹੱਡੀ ਨਹੀਂ ਹੁੰਦੀ, ਸਾਡੇ ਖਿਲਾਫ਼ ਬੋਲੂਗੇ, ਠੁੱਕਾਂਗੇ, ਜੇ ਤੁਸੀਂ ਬੋਲੂਗੇ ਅਸੀਂ ਤੁਹਾਡਾ ਸਿਰ ਪਾੜਾਂਗੇ, ਜੇ ਬੋਲੂਗੇ ਤੁਹਾਡੀ ਲੱਤਾਂ ਤੋੜਾਂਗੇ, ਉਹਨਾਂ ਲੋਕਾਂ ਦੇ ਖਿਲਾਫ਼ ਅਸੀਂ ਐਪਲੀਕੇਸ਼ਨ ਦੇਣਾ, ਇਹਨਾਂ ਲੋਕਾਂ ਦੇ ਖਿਲਾਫ਼ ਵੀ ਕਰ ਦਿੱਤਾ। ਤਾਂ ਕੀ ਆਸ਼ਵਾਸਨ ਦਿੱਤਾ ਗਿਆ? ਆਸ਼ਵਾਸਨ ਦਿੱਤਾ ਗਿਆ ਵੀ ਜਿਹੜਾ ਵੀ ਮਾਹੌਲ ਵਿਗਾੜੇਗਾ, ਜਿਹੜਾ ਹੇਟ ਸਪੀਚ ਕਰੇਗਾ, ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ, ਕੁਝ ਵੀਡੀਓ ਦੇ ਕੇ ਆਏ ਹਾਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ।